اللهم صل على محمد دعائے میرا مالک میرا خالق اور رب العالمین پانیان نے انتظام میں خاص طور پر بارے اچھا ہوا تھا نبیوں کا مشکل کے ساتھ اور حفاظت فرمائے آج کے دن کا صدقہ اس مال کا صدقہ اس ذکر کا صدقہ جناب رباب نے لکھے سپاہی کا صدقہ جڑے جڑے بے اولاد حضرات ہیں انہوں نے بڑھا دینا جڑے مقبوض انہوں نے غیر تو کر سکتا بیماری کربلا کی بیماری کا واسطہ جڑے بیمار انہوں نے شفا کر دیا تھا ظلم سے سے تھا کہ ساڑھے بار میں کرتا تھا ایڈی وڈی سلوار پڑھ لو تو آپ سجا اللہ لڑکے کے بعد جو کسی نے مشینہ لکھ کسی نے
कितना रोशन तेरा सितारा। बाबा जी डायरी के लिए रखी तुमने ना वाल साहब रखी जो कुछ मोबली ने चेहरे तो सुना ਦਿਲੀ ਦੇ ਸੋਚਦਾ ਪਿਆ ਕਿ ਵੇਖਣ ਦਾ ਤੇ ਬੜਾ ਮਜ਼ਾ ਆਇਆ।
ਟੁਰਦਾ ਟੁਰਦਾ ਮੈਂ ਮੌਲਾ ਦੇ ਕਰੀਬ ਆਇਆ, ਆ ਕੇ ਸਲਾਮ ਕੀਤਾ ਸੀ। ਮੌਲਾ ਨੇ ਜਵਾਬ ਦਿੱਤਾ, ਜਵਾਬ ਤੂੰ ਗੱਲਾਂ ਦਾ ਤਾਂ ਮੈਨੂੰ ਪਤਾ ਲੱਗ ਗਿਆ, ਤ੍ਰਿਜੀ ਹੁਣ ਮੇਰਾ ਰੱਬ। ਮੌਲਾ ਫਰਮਾਉਂਦੇ ਨੇ ਕਿਹੜੀ ਗੱਲ ਦਾ ਪਤਾ ਲੱਗਿਆ? ਕਹਿੰਦਾ ਜਵਾਬ ਪਹਿਲੀ ਗੱਲ ਦਾ ਤਾਂ ਇਹ ਪਤਾ ਲੱਗਿਆ ਕਿ ਤੂੰ ਸਲਾਮ ਦਾ ਜਵਾਬ ਇਤਨੇ ਸੋਹਣੇ ਤਰੀਕੇ ਨਾਲ ਦਿੱਤਾ, ਮੈਨੂੰ ਪੱਕ ਹੋ ਗਿਆ ਕਿ ਤੂੰ ਕਿਸੇ ਪੜ੍ਹੀ ਲਿਖੀ ਮਾਂ ਦਾ ਪੁੱਤਰ ਹੈ। ਨਹੀਂ ਯਾਰ, ਤੂੰ ਕਿਸੇ ਪੜ੍ਹੀ ਲਿਖੀ ਮਾਂ ਦਾ ਪੁੱਤਰ, ਤੈਨੂੰ ਵੇਖਿਆ ਮੇਰੀ ਮੇਰੀ ਮੈਨੂੰ ਖੁਸ਼ੀ ਹੋਈ ਹੈ ਕਿ ਤੂੰ ਕਿਸੇ ਬਖਤਾਂ ਵਾਲੇ ਪਿਓ ਦਾ ਪੁੱਤਰ। ਅਤੇ ਤ੍ਰਿਜੀ ਹੁਣ ਅੱਲਾ ਜਾਣੇ ਕਿ ਦੁਪਹਿਰ ਦਾ ਟਾਈਮ ਮੈਨੂੰ ਭੁੱਖ ਵੀ ਲੱਗੀ ਅਤੇ ਮੈਂ ਰੋਟੀ ਖਾਣਾ ਚਾਹੁੰਦਾ। ਆਖਿਆ ਜਵਾਬ ਤੂੰ ਨਹੀਂ ਇਸ ਟਾਈਮ ਖਾਂਦਾ? ਮੌਲਾ ਫਰਮਾਉਂਦੇ ਨੇ ਮੇਰੇ ਖਾਣ ਦੇ ਬਾਰੇ ਨਹੀਂ ਪੁੱਛੀ, ਮੇਰੇ ਖਾਣ ਦੇ ਬਾਰੇ ਨਹੀਂ ਪੁੱਛੀ ਦਾ। ਮੈਂ ਅਗਰ ਖਾਣਾ ਦਿੱਤਾ ਵੀ ਕਿਸੇ ਨੂੰ ਤਹੱਫਲ ਦੇਣ ਵਾਸਤੇ, ਕਿਬਲਾ ਤਵੱਜੋ, ਜੇ ਮੈਂ ਸੋਨਾ ਦਿੱਤਾ ਵੀ ਕਿਸੇ ਨੂੰ ਤਹੱਫਲ ਦੇਣ ਵਾਸਤੇ, ਆਖਿਆ ਅੱਛਾ ਮੈਂ ਰੋਟੀ ਖਾਣਾ ਚਾਹੁੰਦਾ। ਆਖਿਆ ਅੱਛਾ ਉਹ ਇਹਦਾ ਸਾਹਮਣੇ ਦਰਖਤ ਹੈ ਨਾ? ਅਖੇ ਹਾਂਜੀ ਹੈ। ਉਹਦੇ ਨਾਲ ਇੱਕ ਕੱਪੜਾ ਬੱਧਾ ਹੈ। ਅੱਛਾ ਜਾ ਖੋਲੋ ਉਹਦੇ 'ਚ। ਹੁਣ ਬਾਬਾ ਜੀ ਪੰਜਾਬੀ ਜ਼ੁਬਾਨ 'ਚ ਮੈਂ ਗੱਲ ਕਰਨ ਲੱਗਿਆ ਕਿ ਉਹ ਜਵਾਨ ਗਿਆ ਤੇਜ਼ੀ ਨਾਲ ਕੱਪੜਾ ਖੋਲਿਆ, ਵਾਪਸ ਆਇਆ ਤਾਂ ਰਾਹ 'ਚ ਜ਼ੋਰ ਵੀ ਲਾਉਂਦਾ ਹੈ ਅਤੇ ਮੱਠਾ ਮੱਠਾ ਵਾਪਸ ਆਇਆ। ਆ ਕਹਿੰਦਾ ਜਵਾਨ ਇਹ ਕੀ? ਮੌਲਾ ਫਰਮਾਉਂਦੇ ਨੇ ਰੋਟੀ। ਆਂਦਾ ਜਵਾਨ ਤੂੰ ਇਹ ਖਾਣ? ਮੌਲਾ ਫਰਮਾਉਂਦੇ ਨੇ ਤੈਨੂੰ ਅੱਗੇ ਵੀ ਦੱਸਿਆ ਮੇਰੇ ਖਾਣ ਦੇ ਜਾਂ ਸੌਣ ਦੇ ਬਾਰੇ ਨਹੀਂ। ਅੱਛਾ ਜਵਾਨ ਜਿਹੜਾ ਤੂੰ ਜਵਾਨ ਹੈ, ਤੈਨੂੰ ਵੇਖਿਆ ਭੁੱਖ ਲੱਗਦੀ ਅਤੇ ਰੋਟੀ ਉਹ ਖਾਣਾ ਜਿਹੜੀ ਮੰਮੀ ਕਬੂਲ ਨਹੀਂ ਕਰਦੀ। ਮੌਲਾ ਫਰਮਾਉਂਦੇ ਨੇ ਅਗਰ ਨਹੀਂ ਖਾਣੀ ਤੂੰ ਉੱਥੇ ਵਾਪਸ ਬਣ ਜਾ। ਵਾਪਸ ਬਣ ਕੇ ਆਇਆ, ਜਾ ਕੇ ਬਣ ਕੇ ਵਾਪਸ ਆਇਆ, ਜਾ ਕੇ ਆ ਕੇ ਆਉਂਦਾ। ਅੱਛਾ ਜਵਾਨ ਤੈਨੂੰ ਮਿਲਣ ਦਾ ਬੜਾ ਮਜ਼ਾ ਆਇਆ, ਅੱਗੋਂ ਮੇਰਾ ਮੁਕੱਦਰ। ਜਦੋਂ ਆਖਿਆ ਸੁਣੋ ਮੇਰਾ ਮੁਕੱਦਰ, ਮੌਲਾ ਫਰਮਾਉਂਦੇ ਨੇ ਮੇਰੇ ਦਰਵਾਜ਼ੇ 'ਤੇ ਆ ਗਈ ਤਾਂ ਫਿਰ ਮੁਕੱਦਰ ਨੂੰ ਨਹੀਂ ਹੋਈ। ਸੋਹਣੀ ਰੋਟੀ ਖਾਣਾ ਚਾਹੁੰਦਾ, ਉਹ ਸਾਹਮਣੇ ਵਾਦੀ ਨਜ਼ਰ ਆ ਰਹੀ ਹੈ। ਅਦਾ ਜੀ ਅਦਰ ਉੱਥੇ ਲੱਗਾ ਜਾ ਹਸਨ ਇਬਨ ਅਲੀ ਦੇ ਘਰ ਵਿੱਚ, ਉੱਥੇ ਜਾ ਕੇ ਬਹਿ ਜਾ। ਨਾ ਉੱਥੇ ਦੱਸਣਾ ਪੈਂਦਾ ਅਤੇ ਨਾ ਆਖਣਾ ਪੈਂਦਾ, ਜੋ ਕੁਛ ਦਿਲ 'ਚ ਹੋਵੇ ਨਾ ਉਹ ਸਾਹਮਣੇ ਆ ਜਾ।
हर कई जिंदगियों से बड़ा हो
छोड़ देना है कितनी देर में पतरस ने हुसैन के पीछे को मस करके शिफा दी थी। हदीस पढ़ी है रसूल सकलैन की, उन्वान चूंकि रमजान में दो ही उन्वान है, रमजान का उन्वान या तो कुरान है या अली है। चले बाद में थोड़ी सी खोल देना चाहता हूँ, चाहे कोई सुबह
رکشے علی کی تلاش میں چل پڑتا ہے، وہ آ کے کھڑا ہو جاتا ہے، تکبیرۃ الاحرام بلند کرتا ہے، حق دیکھتا رہتا ہے، تو الحمد پڑھتا رہا، حق کھڑا ہو کے دیکھتا بھی رہا، سنتا بھی رہا، تو نے اطاعت نقل کو سر پڑا، سنتا بھی رہا، دیکھتا بھی رہا، دوسری رکعت تو نے مکمل کر لی، حق تیرے انتظار میں کھڑا ہے، اللہ کی عزت کی قسم ہے، اب گواہیوں میں علی آیا تو نماز میں حق آئے گا، ورنہ تو محمد رسول اللہ کہہ کے چپ کرے گا، حق لعنت کر کے پلٹ جائے گا۔ ہمارے پاس پڑھنے کے لیے پہلے
ਦਾ ਨਾਮ ਹੈ ਮੈਨੂੰ ਨਹੀਂ ਪਤਾ, ਜਦੋਂ ਹੁੰਦਾ ਹੀ ਨਹੀਂ ਤਾਂ ਮੈਂ ਲੈਣਾ ਕੀ। ਸ਼ਬੀਰ ਕੇ ਨਾਮ ਪੇ ਖੂਨ ਦੇ।
जलील का